ਮੈਂ ਕਹਿਣਾ ਤੁਹਾਨੂੰ ਚਾਹੁੰਦਾ, ਰਣੌਲ ਸਾਹਿਬ ਕੋ ਰੇਪ ਕਾ ਤਾਂ ਬਹੁਤ ਤਜਰਬਾ ਹੈ, ਉਨਸੇ ਆਗੇ ਪੁੱਛ ਸਕਤੇ ਹੈ ਕਿ ਕੈਸੇ ਹੋਤਾ ਹੈ ਰੇਪ। ਉਨਕੋ ਕੈਸੇ ਤਜਰਬਾ ਹੈ? ਤਜਰਬਾ ਜੈਸੇ ਹੋਤਾ ਹੈ, ਆਪ ਅਗਰ ਸਾਈਕਲ ਚਲਾਤੇ ਹੈ ਤੋ ਸਾਈਕਲ ਚਲਾਣੇ ਕਾ ਤਜਰਬਾ ਨਹੀਂ ਹੋਤਾ, ਤੋ ਉਨਕੋ ਰੇਪ ਕਾ ਤਜਰਬਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਇੱਕ ਬਿਆਨ ਨੇ ਵਿਵਾਦ ਛੇੜ ਦਿੱਤਾ ਹੈ। ਦਰਅਸਲ ਇਹ ਬਿਆਨ ਮਾਨ ਵੱਲੋਂ ਕੰਗਣਾ ਰਣੌਤ ਬਾਰੇ ਦਿੱਤਾ ਗਿਆ ਸੀ, ਜਿਸ ਵਿੱਚ ਉਹਨਾਂ ਮੰਡੀ ਤੋਂ MP ਕੰਗਣਾ ਰਣੌਤ 'ਤੇ ਵਿਵਾਦਿਤ ਟਿੱਪਣੀ ਕਰਦਿਆਂ ਕਿਹਾ ਸੀ ਕਿ ਕੰਗਣਾ ਰਣੌਤ ਨੂੰ ਬਲਾਤਕਾਰ ਦਾ ਕਾਫੀ ਤਜਰਬਾ ਹੈ, ਉਸ ਨੂੰ ਪੁੱਛੋ ਕਿ ਰੇਪ ਕਿਵੇਂ ਹੁੰਦਾ ਹੈ। ਇਹ ਬਿਆਨ ਸਿਮਰਨਜੀਤ ਸਿੰਘ ਮਾਨ ਵੱਲੋਂ ਹਰਿਆਣਾ ਦੇ ਕਰਨਾਲ ਵਿੱਚ ਉਸ ਸਮੇਂ ਦਿੱਤਾ ਗਿਆ ਜਦੋਂ ਪੱਤਰਕਾਰਾਂ ਵੱਲੋਂ ਮਾਨ ਤੋਂ ਕੰਗਣਾ ਵੱਲੋਂ ਹਾਲ ਹੀ ਵਿੱਚ ਕੀਤੀਆਂ ਟਿੱਪਣੀਆਂ ਬਾਰੇ ਸਵਾਲ ਕੀਤਾ ਗਿਆ ਸੀ। ਮੈਂ ਕਹਿਣਾ ਤੁਹਾਨੂੰ ਚਾਹੁੰਦਾ, ਰਣੌਲ ਸਾਹਿਬ ਕੋ ਰੇਪ ਕਾ ਤਾਂ ਬਹੁਤ ਤਜਰਬਾ ਹੈ, ਉਨਸੇ ਆਗੇ ਪੁੱਛ ਸਕਤੇ ਹੈ ਕਿ ਕੈਸੇ ਹੋਤਾ ਹੈ ਰੇਪ, ਤੋ ਲੋਗੋਂ ਕੋ ਸਮਝਾਇਆ ਜਾਏ ਕਿ ਰੇਪ ਕੈਸੇ ਹੋਤਾ ਹੈ। ਉਨਕੋ ਕੈਸੇ ਤਜਰਬਾ ਹੈ? ਤਜਰਬਾ ਜੈਸੇ ਹੋਤਾ ਹੈ, ਆਪ ਅਗਰ ਸਾਈਕਲ ਚਲਾਤੇ ਹੈ ਤੋ ਸਾਈਕਲ ਚਲਾਣੇ ਕਾ ਤਜਰਬਾ ਨਹੀਂ ਹੋਤਾ, ਤੋ ਉਨਕੋ ਰੇਪ ਕਾ ਤਜਰਬਾ ਹੈ। ਕੰਗਣਾ ਰਣਾਵਤ ਕੀ ਬਾਤ ਕਰ ਰਹੇ ਹੋ? ਹਾਂਜੀ ਕੰਗਣਾ। ਉਧਰ ਮਾਨ ਦੇ ਇਸ ਬਿਆਨ ਤੋਂ ਬਾਅਦ ਕੰਗਣਾ ਨੇ ਟਵੀਟ ਕਰਕੇ ਪਲਟਵਾਰ ਕੀਤਾ ਹੈ। ਆਪਣੇ ਐਕਸ ਅਕਾਊਂਟ 'ਤੇ ਕੰਗਣਾ ਨੇ ਲਿਖਿਆ ਹੈ ਕਿ ਅਜਿਹਾ ਲੱਗਦਾ ਹੈ ਕਿ ਇਹ ਦੇਸ਼ ਕਦੇ ਵੀ ਬਲਾਤਕਾਰ ਨੂੰ ਮਾਮੂਲੀ ਬਣਾਉਣਾ ਬੰਦ ਨਹੀਂ ਕਰੇਗਾ। ਕੰਗਣਾ ਨੇ ਲਿਖਿਆ ਕਿ ਅੱਜ ਇਸ ਸੀਨੀਅਰ ਸਿਆਸਤਦਾਨ ਨੇ ਬਲਾਤਕਾਰ ਦੀ ਤੁਲਨਾ ਸਾਈਕਲ ਚਲਾਉਣ ਨਾਲ ਕੀਤੀ ਹੈ। ਇਸ ਵਿੱਚ ਕੋਈ ਵੀ ਹੈਰਾਨੀ ਦੀ ਗੱਲ ਨਹੀਂ ਕਿ ਮਜ਼ਾਕ ਲਈ ਔਰਤਾਂ ਵਿਰੁੱਧ ਬਲਾਤਕਾਰ ਅਤੇ ਹਿੰਸਾ ਇਸ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਵਿੱਚ ਇੰਨੀ ਡੂੰਘੀ ਜੜੀ ਗਈ ਹੈ ਕਿ ਇਸ ਦੀ ਵਰਤੋਂ ਔਰਤਾਂ ਨੂੰ ਛੇੜਨ ਜਾਂ ਮਜ਼ਾਕ ਉਡਾਉਣ ਲਈ ਕੀਤੀ ਜਾਂਦੀ ਹੈ। ਹਾਲਾਂਕਿ ਮਾਨ ਨੇ ਇਸ ਮਗਰੋਂ ਦੋ ਪੋਸਟਾਂ ਪਾ ਕੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ ਅਤੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਔਰਤਾਂ ਦੀ ਰੱਖਿਆ ਅਤੇ ਸੁਰੱਖਿਆ ਲਈ ਹਮੇਸ਼ਾ ਖੜਦੀ ਰਹੀ ਹੈ। ਉੱਧਰ ਪੰਜਾਬ ਰਾਜ ਮਹਿਲਾ ਕਮਿਸ਼ਨਰ ਇੱਕ ਔਰਤ ਖਿਲਾਫ਼ ਕੀਤੀਆਂ ਮਾਨ ਦੀਆਂ ਟਿੱਪਣੀਆਂ ਤੋਂ ਖਫਾ ਜਾਪ ਰਿਹਾ ਹੈ। ਪੰਜਾਬੀ ਟ੍ਰਿਬਿਊਨ ਅਖਬਾਰ ਨਾਲ ਕੀਤੀ ਗੱਲਬਾਤ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਹੈ ਕਿ ਕੰਗਣਾ ਨੇ ਇਸ ਅੰਦੋਲਨ ਬਾਰੇ ਜੋ ਕੁਝ ਕਿਹਾ ਉਹ ਬੇਹੱਦ ਸ਼ਰਮਨਾਕ ਸੀ, ਪਰ ਮਾਨ ਦੀ ਪ੍ਰਕਿਰਿਆ ਇਸ ਤੋਂ ਵੀ ਸ਼ਰਮਨਾਕ ਹੈ। ਮਾਨ ਦੀਆਂ ਟਿੱਪਣੀਆਂ ਦਾ ਨੋਟਿਸ ਲੈਣ ਬਾਰੇ ਪੁੱਛਣ 'ਤੇ ਰਾਜ ਗਿੱਲ ਨੇ ਕਿਹਾ ਹੈ ਕਿ ਉਹ ਦੇਖਣਗੇ ਕਿ ਉਹਨਾਂ ਖਿਲਾਫ਼ ਕੀ ਕਾਰਵਾਈ ਕਰਨੀ ਹੈ। ਉੱਧਰ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਪਾਠੀਆ ਨੇ ਵੀ ਮਾਨ ਦੀਆਂ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਇਸ ਨੂੰ ਧੀਆਂ ਦਾ ਨਿਰਾਦਰ ਕਰਾਰ ਦਿੱਤਾ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ TV।